ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈ ਇਹ ਦਰਸਾਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਤ ਚਲਾਇਆ ਹੈ ਉਹ ਕਿਉਂ ਜ ਹੈ بڑے ਥੋੜੇ ਲਫ਼ਜ਼ਾਂ ਵਿੱਚ ਤਤ ਦੀ ਗੱਲ ਦਰਸਾਈ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਤ ਨਹੀਂ ਕਿ ਅਸੀਂ ਆਤਮਾ ਵਿੱਚ ਸੁਰਤ ਲਾ ਕੇ ਸਮਾਦੀ ਲਈ ਰੱਖੀਏ ਨਾਹੀਂ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾ ਤੇ ਜੋਰ ਜਬਰ ਦਾ ਜੀਵਨ ਬਤਾਈਏ ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਜੇ ਹੀ ਰਹਿੰਦੀ ਹੈ ਇਸ ਤਰ੍ਹਾਂ ਅਸਾਂ ਨੇ ਵਾਹਿਗੁਰੂ ਦੀ ਪ੍ਰੈਜ਼ੈਂਸ ਯਾਨੀ ਹਜ਼ੂਰੀ ਵਿੱਚ ਕਾਰਵਿਹਾਰ ਸਦਾ ਕਰਦੇ ਰਹਿਣਾ ਹੈ ਹਾਂਜੀ ਫਿਰ ਦੁਹਰਾ ਦਈ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਤ ਨਹੀਂ ਕਿ ਅਸੀਂ ਆਤਮਾ ਵਿੱਚ ਸੁਰਤ ਲਾ ਕੇ ਸਮਾਦੀ ਲਈ ਰੱਖੀ ਨਾ ਹੀ ਇਹ ਕਿ ਆਤਮਾ ਨੂੰ ਭੁਲਾ ਕੇ ਭੋਗਾਂ ਤੇ ਜ਼ੋਰ ਜ਼ਬਰ ਦਾ ਜੀਵਨ ਬਿਤਾਈਏ ਮੱਛੀ ਜਿਸ ਤਰ੍ਹਾਂ ਪਾਣੀ ਵਿੱਚ ਸਹਜੇ ਹੀ ਰਹਿੰਦੀ ਹੈ ਇਸ ਤਰ੍ਹਾਂ ਸਾਨੂੰ ਵਾਹਿਗੁਰੂ ਦੀ ਪ੍ਰੈਜ਼ੈਂਸ ਯਾਨੀ ਹਜ਼ੂਰੀ ਵਿੱਚ ਕਾਰਵਿਹਾਰ ਸਦਾ ਕਰਦੇ ਰਹਿਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ